ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰ ਐੱਸ ਗਲੋਬਲ ਇਮੀਗ੍ਰੇਸ਼ਨ ਤੋਂ, ਜੋ ਕਿ ਪਿਛਲੇ 13 ਸਾਲਾਂ ਤੋਂ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦਾ ਬਾਹਰਲੇ ਮੁਲਕਾਂ 'ਚ ਪੜ੍ਹ ਕੇ ਸੈਟਲ ਹੋਣ ਦਾ ਸੁਪਨਾ ਪੂਰਾ ਕਰ ਚੁੱਕਿਆ। ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਕਿਵੇਂ ਇੱਕ ਬੱਚਾ UK 'ਚ ਬਿਨਾਂ ਆਇਲਟਸ ਤੋਂ ਪੜ੍ਹ ਕੇ ਚੰਗੇ ਭਵਿੱਖ ਦੀ ਸ਼ੁਰੂਆਤ ਕਰ ਸਕਦਾ। UK ਦੋਸਤੋ ਇੱਕ ਇਹੋ ਜਿਹਾ ਮੁਲਕ ਹੈ ਜਿਹੜੀ ਪੰਜਾਬੀਆਂ ਦੀ ਹਮੇਸ਼ਾ ਪਹਿਲੀ ਪਸੰਦ ਰਿਹਾ ਹੈ, ਜਦੋਂ ਪੰਜਾਬ ਜਾਂ ਇੰਡੀਆ ਗੁਲਾਮ ਸੀ 1947 ਤੋਂ ਪਹਿਲਾਂ ਵੀ ਔਰ 1947 ਤੋਂ ਬਾਅਦ ਵੀ, ਕਿਉਂਕਿ UK ਦੀ ਐਜੂਕੇਸ਼ਨ ਵੈੱਲ ਨੋਨਡ ਐਂਡ ਵੈੱਲ ਰੈਕਗਨਾਈਜ਼ ਐਜੂਕੇਸ਼ਨ ਹੈ ਵਰਲਡ ਵਾਈਡ, ਦੁਨੀਆ ਭਰ ਦੇ ਵਿੱਚ। ਸੋ UK ਦੀ ਯੂਨੀਵਰਸਿਟੀ ਨੇ ਫਿਰ ਦਰਵਾਜ਼ੇ ਖੋਲ੍ਹੇ ਨੇ, ਕਿਉਂਕਿ 31 ਮਾਰਚ ਤੋਂ ਫਿਰ ਜੋ ਰੂਲਸ ਬਾਅਦ ਬਦਲ ਚੁੱਕੇ ਨੇ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਸ਼ੁਰੂ ਹੋ ਚੁੱਕਿਆ। ਸੋ ਪੜ੍ਹਾਈ ਦੇ ਨਾਲ 20 ਆਵਰਸ ਕੰਮ ਕਰਨ ਦੀ ਪਰਮਿਸ਼ਨ ਆ, ਪੜ੍ਹਾਈ ਤੋਂ ਬਾਅਦ ਫਰਦਰ ਵਰਕ ਪਰਮਿਟ ਜਿਹਨੂੰ ਪੋਸਟ ਸਟੱਡੀ ਵਰਕ ਕਹਿੰਦੇ, ਉਹਦੀ ਵੀ ਆਪਸ਼ਨ ਸ਼ੁਰੂ ਹੋ ਚੁੱਕੀ ਹੈ। ਬਿਨਾਂ ਆਇਲਟਸ ਤੋਂ ਕੌਣ ਬੱਚਾ ਜਾ ਸਕਦਾ? ਹੁਣ ਸਵਾਲ ਇਹ ਆ, ਅਗਰ ਤੁਸੀਂ +2 ਪਾਸ ਕੀਤੀ ਹੈ ਔਰ ਤੁਹਾਡੇ ਅੰਗਰੇਜ਼ੀ ਵਿੱਚੋਂ 60 ਤੋਂ 65% ਨੰਬਰ ਹੈ, ਕਿਸੇ ਯੂਨੀਵਰਸਿਟੀ ਰਿਕੁਆਇਰਮੈਂਟ ਹੈ 60%, ਕਿਸੇ ਯੂਨੀਵਰਸਿਟੀ ਰਿਕੁਆਇਰਮੈਂਟ ਹੈ 65%, ਤੁਹਾਡੇ ਇਕੱਲੇ ਅੰਗਰੇਜ਼ੀ ਸਬਜੈਕਟ ਵਿੱਚੋਂ ਅਗਰ 60 ਤੋਂ 65% ਨੰਬਰ ਹੈ, ਉਹ ਤੁਹਾਡੇ ਨੰਬਰ B2 ਲੈਵਲ ਦੇ ਬਰਾਬਰ, ਯਾਨੀ ਕਿ ਆਇਲਸ ਦੇ 6 ਬੈਂਡ ਓਵਰਆਲ ਦੇ ਬਰਾਬਰ ਗਿਣੇ ਜਾਂਦੇ ਆ। ਸੋ ਜੇ ਤੁਹਾਡੇ ਕੋਲ ਨੰਬਰ 60 ਤੋਂ 65% ਹੈ ਅੰਗਰੇਜ਼ੀ ਵਿੱਚੋਂ, ਇੱਕ ਪਾਸੇ ਆਇਲਸ ਸਰਟੀਫਿਕੇਟ ਹੈ, ਦੋਨੋਂ ਇੱਕ ਬਰਾਬਰ ਮੰਨੇ ਜਾਂਦੇ ਨੇ, ਸੋ ਉਹ ਬੱਚਾ ਬਿਨਾਂ ਆਇਲਸ ਤੋਂ UK ਦੀ ਟੋਪ ਰੈਂਕਡ ਯੂਨੀਵਰਸਿਟੀ 'ਚ ਦਾਖਲ ਲੈ ਸਕਦਾ। RS ਗੋਬਲ ਦੇ ਕੋਲ ਤਕਰੀਬਨ 22 ਤੋਂ 24 ਇਹੋ ਜਿਹੀਆਂ ਯੂਨੀਵਰਸਿਟੀ ਨੇ, ਲੰਡਨ ਦੇ ਵਿੱਚ, ਲੈਸਟਰ ਦੇ ਵਿੱਚ, ਸਕੋਟਲੈਂਡ ਦੇ ਵਿੱਚ, ਬਰਮਿੰਗਮ ਦੇ ਵਿੱਚ, ਜਿੱਥੇ ਬੱਚਾ ਪੜ੍ਹ ਕੇ ਇੱਕ ਚੰਗੀ ਸ਼ੁਰੂਆਤ ਕਰ ਸਕਦਾ। +2 ਪਾਸ ਬੱਚਾ 3 ਸਾਲ ਦੀ ਬੈਚਲਰ ਡਿਗਰੀ ਲਈ ਜਾ ਸਕਦਾ ਔਰ ਬੈਚਲਰ ਪਾਸ ਬੱਚਾ ਫਰਦਰ MBA ਜਾਂ ਮਾਸਟਰ ਡਿਗਰੀ ਜਾ ਸਕਦਾ। ਜਿਹੜੇ ਸਟੂਡੈਂਟ ਮਾਸਟਰ ਪ੍ਰੋਗਰਾਮ ਵੀ ਜਾ ਰਹੇ ਨੇ, ਉਹ ਵਿਆਹੇ ਹੋਏ ਨੇ, ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਆ, ਉਹਨਾਂ ਦੇ ਵੀ ਨੰਬਰ +2 ਚੋਂ ਇੰਗਲਿਸ਼ ਚੋਂ ਵੀ ਕਾਊਂਟ ਹੋਣਗੇ। ਅਗਰ ਕਿਸੇ ਸਟੂਡੈਂਟ ਨੇ BA BCOM BBA BCA ਕੀਤੀ ਹੈ, ਉਹਦੇ ਓਵਰਆਲ ਨੰਬਰ 55% ਹੈ ਗ੍ਰੈਜੂਏਸ਼ਨ ਚੋਂ, ਬਟ +2 ਚੋਂ ਉਹਦੇ ਅੰਗਰੇਜ਼ੀ ਚੋਂ 65% ਨੰਬਰ ਹੈ, ਉਹ ਬੱਚਾ ਵੀ ਬਿਨਾਂ ਆਇਲਟਸ ਆਪਣੇ ਸਪਾਊਸ ਦੇ ਨਾਲ UK ਪੜ੍ਹਨ ਜਾ ਸਕਦਾ। ਬਹੁਤ ਘੱਟ ਫੀਸ ਹੈ, ਲਗਭਗ 8,000 ਤੋਂ ਲੈ ਕੇ £10,000 ਸਾਲ ਦੀ ਫੀਸ ਹੈ। ਬੱਚੇ ਨੇ ਕੇਵਲ ਸਮੈਸਟਰ ਦੀ ਫੀਸ ਪੇ ਕਰਕੇ ਜਾਣੀ ਹੈ, ਜਿਹੜੀ ਤਕਰੀਬਨ 4,500 ਤੋਂ ਲੈ ਕੇ £5,500 ਬਣਦੀ ਹੈ। ਅਗਰ 90 ਰੁਪਏ ਨਾਲ ਗੁਣਾ ਕਰੀਏ, ਤਕਰੀਬਨ 3.5 ਤੋਂ ਲੈ ਕੇ 4.5 ਲੱਖ ਤੱਕ ਬੱਚਾ ਪੇ ਕਰਕੇ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਇੱਕ ਚੰਗੀ ਐਜੂਕੇਸ਼ਨ ਲੈ ਸਕਦਾ। ਅੱਜ ਦੀ ਡੇਟ ਵਿੱਚ RS ਗਲੋਬਲ ਦਾ ਸਕਸੈਸ ਰੇਟ 100% ਚੱਲ ਰਿਹਾ। ਸੋ ਜੇ ਕਿਸੇ ਬੱਚੇ ਨੇ ਆਇਲਸ ਨਹੀਂ ਵੀ ਕੀਤੀ, ਬਿਨਾਂ ਆਇਲਸ ਤੋਂ ਪੜ੍ਹਨ ਜਾਣਾ ਚਾਹੁੰਦਾ, ਉਹਦੇ 60% ਨੰਬਰ ਅੰਗਰੇਜ਼ੀ ਸਬਜੈਕਟ 'ਚੋਂ 12ਵੀਂ ਕਲਾਸ 'ਚੋਂ ਹੈਗੇ ਆ, ਸਪਾਊਸ ਨਾਲ ਲੈ ਕੇ ਜਾਣਾ ਚਾਹੁੰਦਾ, ਤਾਂ ਮੇਰੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਇਹਨਾਂ 3 ਦਫ਼ਤਰਾਂ 'ਚ ਮੇਰੀ ਐਕਸਪਰਟ ਟੀਮ ਨੂੰ ਮਿਲਿਆ ਜਾ ਸਕਦਾ। ਹੇਠਾਂ ਨੰਬਰ ਚੱਲ ਰਿਹਾ 70509 70509, ਇਸ ਨੰਬਰ 'ਤੇ ਕਾਲ ਕਰਕੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਆਪਣੀ ਅਪਾਇੰਟਮੈਂਟ ਫਿਕਸ ਕਰੋ, ਤਾਂ ਕਿ ਤੁਹਾਨੂੰ UK ਪੜ੍ਹਨ ਜਾਣ ਸੰਬੰਧੀ ਤਮਾਮ ਜਾਣਕਾਰੀਆਂ ਦੇ ਕੇ ਇੱਕ ਚੰਗੇ ਭਵਿੱਖ ਦੀ ਸ਼ੁਰੂਆਤ ਕਰੀ ਜਾ ਸਕੇ। ਧੰਨਵਾਦ।